ਆਪਦੇ ਕੰਮ ਮੇਤੋ ਕਰਾਉਣ ਨੂੰ ਫਿਰਦੀ ਸੀ ਵੀ ਮੈਂ ਕਰੂੰਗੀ ਇਹਦੇ ਕੰਮ ਲਾ ਕੇ ਦਿੰਨੀ ਆ ਤੈਨੂੰ ਰੋਟੀਆਂ ਪਾਗਲ ਜੀ ਨਾ ਹੋਵੇ ਤਾਂ ਏਸੀ ਚੱਲਦਾ ਉੱਤੇ ਮੁੰਡੇ ਦੀ ਪਾਣੀ ਪਾਤਾ ਆ ਜਾ ਪੁੱਤ ਤੇਰੇ ਕੱਪੜੇ ਬਦਲਾ ਪੁੱਤ ਤੇਰੇ ਕੱਪੜੇ ਗਏ ਕਿੱਥੇ ਇੱਥੇ ਤਾਂ ਪਾਏ ਸੀਗੇ ਮੈਂ ਇੱਥੇ ਵੀ ਨਹੀਂ ਹੈਗੇ ਹੈਰਾਨੀ ਦੀ ਗੱਲ ਮੁੰਡੇ ਦੇ ਕੱਪੜੇ ਗਏ ਕਿੱਥੇ ਮਨਪ੍ਰੀਤ ਤੂੰ ਕੀ ਗੱਲ ਹੋ ਗਈ ਪੁੱਤ ਤੂੰ ਕੀ ਲੱਭਦੀ ਹੈ ਮੰਮੀ ਮੈਨੂੰ ਬੱਚਿਆਂ ਦੇ ਕੱਪੜੇ ਨੇ ਲੱਭਦੇ ਪਏ ਬਾਹਰ ਸਟੈਂਡ ਤੇ ਸੁੱਕਣੇ ਪਾਏ ਸੀਗੇ ਤੁਸੀਂ ਤਾਂ ਨਹੀਂ ਕਿਤੇ ਰੱਖੇ ਹੈਗੇ ਨਾ ਪੁੱਤ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਚੱਕਿਆ ਹੀ ਨਹੀਂ ਪਰ ਮੰਮੀ ਸਟੈਂਡ ਤੇ ਤਾਂ ਅੱਧੇ ਕੱਪੜੇ ਹੈਗੇ ਨੇ ਅੱਧੇ ਹੈ ਨਹੀਂ ਜਿਨ੍ਹਾਂ ਦੀਆਂ ਨਿੱਕਰਾਂ ਨੇ ਉਹਨਾਂ ਦੀ ਟੀ ਸ਼ਰਟਾਂ ਨਹੀਂ ਹੈਗੀਆਂ ਜਿਨ੍ਹਾਂ ਦੀ ਟੀ ਸ਼ਰਟਾਂ ਨੇ ਉਹਨਾਂ ਦੀ ਨਿੱਕਰਾਂ ਨਹੀਂ ਹੈਗੀਆਂ ਨਹੀਂ ਕੱਪੜੇ ਉੱਥੇ ਹੀ ਹੋਣੇ ਨੇ ਦੁਆਰਾ ਜਾ ਕੇ ਦੇਖ ਗਾਹਾਂ ਕਾਂ ਲੈ ਗਿਆ ਚੱਕ ਕੇ ਮੰਮੀ ਤੁਸੀਂ ਗੱਲ ਨੂੰ ਹੋਰ ਪਾਸੇ ਲੈ ਕੇ ਜਾਈ ਜਾਂਦੇ ਹੋ ਜੇ ਤੁਸੀਂ ਨਹੀਂ ਚੱਕੇ ਮੈਂ ਨਹੀਂ ਚੱਕੇ ਫਿਰ ਕੌਣ ਲੈ ਗਿਆ ਜਿੰਨ ਲੈ ਗਿਆ ਹੁਣ ਚੱਕ ਕੇ ਉਹ ਜਦ ਕੋਈ ਬਾਹਰੋਂ ਆਇਆ ਹੀ ਨਹੀਂ ਐ ਕਿਵੇਂ ਚੱਕ ਸਕਦਾ ਕੋਈ ਕੱਪੜੇ ਚੱਲ ਮੈਂ ਲਵਾਉਣੀ ਆ ਤੇਰੇ ਨਾਲ ਰੱਖ ਭਾਈ ਯਾਰ ਸਮਾਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਇਹ ਜਨਾਨੀ ਦੀ ਜਵਾਕਾਂ ਦੇ ਕੱਪੜੇ ਮੇਰੀ ਅਲਮਾਰੀ ਚ ਉਹ ਮਿੰਦੋ ਉਹ ਸੁਣ ਲਾ ਕਿੱਥੇ ਗਈ ਕੰਮ ਕਰਦੀ ਪਈ ਸੀ ਦੱਸੋ ਕੀ ਗੱਲ ਆ ਉਹ ਮੇਰਾ ਹੱਥ ਦੇਖ ਕੇ ਤੈਨੂੰ ਗੱਲ ਸਮਝ ਨਹੀਂ ਆਉਂਦੀ ਦੱਸੋ ਕੀ ਗੱਲ ਆ ਇਹ ਅਲਮਾਰੀ ਕਿਹਦੀ ਆ ਕਿਹਦੀ ਆ ਥੋੜੀ ਆ ਮੇਰੀ ਅਲਮਾਰੀ ਆ ਨਾ ਹਾਂ ਫਿਰ ਮੇਰੀ ਅਲਮਾਰੀ ਦੇ ਵਿੱਚ ਬੱਚਿਆਂ ਦੇ ਕੱਪੜੇ ਕੀ ਕਰਦੇ ਪਏ ਨੇ ਯਾਰ ਇਹ ਤਾਂ ਨਾ ਮਨਪ੍ਰੀਤ ਆਈ ਹੋਈ ਆ ਤੁਹਾਨੂੰ ਪਤਾ ਉਹਦੇ ਨਿਆਣੇ ਵੀ ਆਏ ਹੋਏ ਨੇ ਕੰਮ ਬਹੁਤ ਵਧਿਆ ਹੋਇਆ ਮੈਨੂੰ ਕਾਹਲੀ ਸੀ ਮੈਂ ਫਟਾਫਟ ਤੁਹਾਡੀ ਅਲਮਾਰੀ 'ਚ ਹੀ ਰੱਖ ਦਿੱਤੇ ਕੱਪੜੇ ਉਹ ਯਾਰ ਜੇ ਤੇਰੇ ਕੋਲ ਟਾਈਮ ਸੀਗਾ ਹੈ ਨਾ ਜਵਾਕਾਂ ਦੀ ਅਲਮਾਰੀ 'ਚ ਰੱਖ ਦਿੰਦੀ ਤੈਨੂੰ ਚੰਗੀ ਭਲੀ ਜਵਾਕਾਂ ਦੀ ਅਲਮਾਰੀ ਮੈਂ ਅਲੱਗ ਲੈ ਕੇ ਦਿੱਤੀ ਹੋਈ ਆ ਪਰ ਨਾ ਤੈਨੂੰ ਤਾਂ ਇੱਕ ਬੰਦੇ ਦੀ ਅਲਮਾਰੀ ਦਿਖਦੀ ਆ ਚਲੋ ਛੱਡੋ ਹੁਣ ਤੁਸੀਂ ਮੇਰੀ ਜਾਨ ਲੈਣੀ ਆ ਬਾਹਲੀ ਗੱਲ ਆ ਨਾ ਮੈਂ ਕੱਪੜੇ ਚੱਕ ਦਿੰਦੀ ਹਾਂ ਪਰੇ ਹੋ ਤੁਸੀਂ ਇੱਥੇ ਮੇਰੀ ਫਾਈਲ ਵੀ ਪਈ ਸੀਗੀ ਇੱਕ ਉਹ ਵੀ ਲੱਭ ਕੇ ਦੇ ਕਿੱਥੇ ਆ ਮੈਨੂੰ ਲੱਭਦੀ ਨਹੀਂ ਪਈ ਥੋੜਾ ਜਿਹਾ ਸ਼ਾਂਤ ਆ ਹੋ ਜਾਓ ਦਿਮਾਗ ਦਾ ਤੁਸੀਂ ਇੰਨਾ ਗਰਮ ਕੀਤਾ ਹੋਇਆ ਲੱਭਣੀ ਕਿ ਤੁਹਾਨੂੰ ਸਵਾ ਬੋਲੀ ਜਾਂਦੇ ਮੈਨੂੰ ਬੋਲਣਾ ਹੋਰ ਕੀ ਕਰਾਂ ਕੰਮ ਦੀਆਂ ਫਾਈਲਾਂ ਪਈਆਂ ਨੇਗੀਆਂ ਕੱਪੜੇ ਰੱਖਤੇ ਇੱਥੇ ਸਮੈਲ ਦੇਖ ਕਿੰਨੀ ਮਾਰਦੀ ਆ ਅਲਮਾਰੀ 'ਚੋਂ ਖੜੀ ਪਤਾ ਨਹੀਂ ਕਿਵੇਂ ਆ ਮੈਂ ਲੱਭ ਕੇ ਦਿੰਦੀ ਹਾਂ ਲੱਭ ਮੈਂ ਵੀ ਦੇਖਾਂ ਵੀ ਕਿੱਥੇ ਆ ਜਿਹੜੀ ਮੇਰੀ ਨਿਗਰਾਨੀ ਪਹੁੰਚਦੀ ਹੈਗੀ ਅਸਲ 'ਚ ਤੈਨੂੰ ਕੰਮ ਕਰਨਾ ਹੀ ਨਹੀਂ ਆਉਂਦਾ ਹਾਂ ਹਾਂ ਮੈਨੂੰ ਕਾਹਨੂੰ ਕੰਮ ਕਰਨਾ ਆਉਂਦਾ ਉਹ ਸਾਰੀ ਦਿਹਾੜੀ ਸਵੇਰ ਤੋਂ ਉੱਠ ਕੇ ਰਾਤ ਤੱਕ ਮੈਂ ਲੱਗੀ ਰਹਿਣੀ ਆ ਉਹ ਤੋਂ ਬਾਅਦ ਮੈਂ ਤੁਹਾਡੀਆਂ ਗੱਲਾਂ ਸੁਣਾ ਨਾਲ ਤੁਹਾਡੀਆਂ ਮਾਂ ਦੀਆਂ ਸੁਣਾ ਤੂੰ ਆਪਣੀਆਂ ਗਲਤੀਆਂ ਕਰਕੇ ਸੁਣਦੀ ਆ ਕਿਉਂਕਿ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੀ ਆ ਨਾ ਅੱਧਾ ਛੱਡ ਦਿੰਦੀ ਆ ਜਾਂ ਫਿਰ ਉਹਦੇ 'ਚ ਅਣਗਹਿਲੀ ਵਰਤਦੀ ਆ ਜਾ ਜੰਗੋ ਕਿਵੇਂ ਮੇਰੇ 'ਚ ਬੱਜੀ ਆ ਨਾ ਐਡੀ ਤੈਨੂੰ ਕਿਹੜੀ ਗੱਲ ਕਹਿਤੀ ਮੈਂ ਨਾਲੇ ਥੋੜ੍ਹਾ ਮੂੰਹ ਸੰਭਾਲ ਕੇ ਵੀ ਬੋਲਿਆ ਕਰ ਮੇਰੀ ਮਾਂ ਨੂੰ ਕਾਹਦੇ ਵਿੱਚ ਲੈ ਕੇ ਆਉਂਦੀ ਆ ਜਿਹੜੀ ਗੱਲ ਕਰਨੀ ਆ ਮੇਰੇ ਨਾਲ ਕਰ ਮੈਂ ਨਾ ਤੁਹਾਡੇ ਨਾਲ ਹੀ ਗੱਲ ਕਰਦੀ ਹੁੰਦੀ ਹਾਂ ਹਮੇਸ਼ਾ ਪਰ ਤੁਸੀਂ ਜਦੋਂ ਮੈਨੂੰ ਐਂ ਭੱਜ ਕੇ ਪੈਂਦੇ ਹੋ ਨਾ ਫਿਰ ਮੈਨੂੰ ਬੋਲਣਾ ਪੈਂਦਾ ਉਹ ਮੈਂ ਸਾਰੀ ਦਿਹਾੜੀ ਸਾਰੇ ਕੰਮ ਵਧੀਆ ਕਰਦੀ ਹਾਂ ਇੱਕ ਗਲਤੀ ਹੋ ਜਾਵੇ ਸਾਰੀ ਦਿਹਾੜੀ ਦੇ ਵਿੱਚ ਐ ਮੇਰੇ ਮਗਰ ਬਾਦ ਪੈ ਜਾਂਦੇ ਆ ਉਹ ਬਸ ਕਰ ਬਾਬਾ ਬਸ ਕਰ ਤੂੰ ਜਿੱਤੀ ਮੈਂ ਹਾਰਿਆ ਤੇਰੇ ਨਾਲ ਬਹਿਸ ਕਰਨ ਦੇ ਨਾਲੋਂ ਨਾ ਬੰਦਾ ਕਦੇ ਵੀ ਟੱਕਰ ਮਾਰ ਲਵੇ ਫਾਈਲ ਮੰਗੀ ਆ ਉਹਦੇ ਪਿੱਛੇ ਦਿਮਾਗ ਖਰਾਬ ਕਰਕੇ ਰੱਖਤਾ ਮੇਰਾ ਨਾ ਹੁਣ ਤੁਸੀਂ ਕਿਉਂ ਉੱਚੀ ਬੋਲਦੇ ਪਏ ਹੋ ਹੁਣ ਵੀ ਹੌਲੀ ਬੋਲੋ ਹੁਣ ਨਹੀਂ ਪਤਾ ਲੱਗਦਾ ਵੀ ਘਰੇ ਤੁਹਾਡੀ ਭੈਣ ਆਈ ਹੋਈ ਆ ਹੁਣ ਉਹ ਕੀ ਸੋਚੂਗੀ ਸਾਰੀ ਨੀਂਦ ਖਰਾਬ ਕਰਕੇ ਰੱਖਦੀ ਐਨਕਾਂ ਮੇਰੇ ਲੱਗੀਆਂ ਹੋਈਆਂ ਨੀਂਦਾਂ ਤੈਨੂੰ ਨਹੀਂ ਆ ਲੈ ਪਿਆ ਤਾਂ ਹੈਗਾ ਸਟੈਂਡ ਮੰਮੀ ਇਹ ਅੰਦਰ ਵਾਲਾ ਸਟੈਂਡ ਆ ਮੈਂ ਬਾਹਰ ਵਾਲੇ ਸਟੈਂਡ ਤੇ ਕੱਪੜੇ ਪਾਏ ਸੀ ਆਹ ਕਿਹਦਾ ਕੱਪੜਾ ਆਹ ਦੇਖਤਾ ਸੀ ਮੰਮੀ ਇਹ ਫਤਿਹ ਦੇ ਆ ਮੈਂ ਵੀ ਤਾਂ ਉਦੋਂ ਦੀ ਲੱਭੀ ਜਾਂਦੀ ਹਾਂ ਮੈਨੂੰ ਲੱਭ ਹੀ ਨਹੀਂ ਰਹੇ ਕੱਪੜੇ ਇੱਥੇ ਹੀ ਹੋਣੇ ਨੇ ਹੋ ਜਾਣੇ ਕਿੱਥੇ ਨੇ ਭਲਾ ਘਰ ਦੇ ਵਿੱਚੋਂ ਆਹਾ ਮੰਮੀ ਇਹ ਦੀਪ ਦੀ ਆ ਮੈਨੂੰ ਨਹੀਂ ਪਤਾ ਆਪੇ ਲੱਭ ਲਾ ਵਾਹ ਮੰਮੀ ਆਹ ਕੀ ਗੱਲ ਹੁੰਦੀ ਆ ਜੇ ਮੈਂ ਤੁਹਾਨੂੰ ਨਹੀਂ ਕਹੂੰਗੀ ਦੱਸੋ ਹੋਰ ਕਿਹਨੂੰ ਕਹੂੰ ਆ ਉੱਚੀ ਉੱਚੀ ਦੇ ਬੋਲਦਾ ਮਿੰਦੋ ਨੂੰ
हाँ मम्मी बेरा ही बोलता पिया। हाँ सब तो बड़ी भैड़ा है तेरे बिच, मेरे ते तेरे बिच जो भी गल होंदी है तू हमेशा बिच मेरे अपने खिंच लैनी है, मेरी कदे माँ नू बिच ले लिया ते कदे मेरी भैन नू खिंच लैनी है। हुण तू मनप्रीत दी गल कीती है तां सुन ला, उहनू तेरे बारे सारा कुछ पता ही है भी तू किन्ने क रंग लाउनी आ। जे थोड़ी भैन नू मेरे बारे पता ना तां मैनू भी उहदा पता ही आ भी उह किन्ने क पाणी दे विच आ। एड्डी भी पता नहीं मेरे तो की गलती होगी मैनू उही बोलण लग गए। ओ जरूरत हुंदी आ क्योंकि बंदा बंदे दी गल समझ लैंदा पर तू बंदा है ही नहीं, दिमाग पता नहीं कि जानवर का फिट कराया होया वा। वो मैं कुछ भी बोलता वा होर ही मतलब कढ लैंदी आ, मेरी इन्नी जरूरी फाइल है होर ही घसमान पा के बह गई। जानवर का दिमाग लग्या होगा थोड़े, मैं पता नहीं कित्थे थे जानवरों के बीच फस गई। एडे नालों बंदा आप ही चीजा रख लवे लभण दी झंझट की होया ऐ कहते देख दो मेरी शक्ल वाला। देव तू इन्ना उच्ची उच्ची कहते बोलता पिया सी, बाहर तक आवाजा आउंदियां सी। अच्छा मेरी कल्ले दी आवाजा आउंदियां सी, जिहड़ी थोड़ी नूह मैनू बोलदी पई सी ओह नहीं सी सुणदा पिया है? आहो दोने ही बोलदे सी, हुण तू ए दसेगा वी केड़ी गल्लों बोलदे सी। ओह बोलना ना तां होर की करां, मेरी इनकम टैक्स वाली फाइल सीगी जिहड़ी मैं उत्थे रखी सीगी ओह गवा के रखती, ओह लभदी होई नहीं पई। मैनू कहिंदी दफ्तर चैक कर लो फलाणा, तुसीं मैनू ऐ कहिंदे हो फलाणा, 3600 गल्लां होर नाल जोड़ दिंदी आ। उत्तों पता नहीं जवाकां दे गिले कपड़े सीगे ओह मेरी अलमारी च रखे हुए। गिले कपड़े? आहो केड़े कपड़े रखी बैठी है? मम्मी मैनू की पता यार, मैं कहड़ा फोटो खिंचियां नहीं गियां, जाके देख लो मैनू होर भी बहुत काम ने। चल अंदर। पता नहीं केड़ी फाइल है केड़ी नहीं, ओ मैं तो सारी अलमारी लभ ली किते नहीं मैनू मिली, मैं तो गलती करती अलमारी दे विच कपड़े रखते, इहदे नाल तो मैं किते होर ही रख दिंदी। मिंदो की गल हो गई, देव उच्ची उच्ची कहते बोलता सी? कुछ नहीं मम्मी, ये तो एवं बोली जाते सी, इन्हों का सुभा ही आ। वह सारिया गल्लां ना बाहर सुन दियां पईयां सी, आ जिहड़े गिले कपड़े अलमारी च रखे ने ना इन्हां नू फड़ा मैं सुकने पा दिंदी आ। तुसी रहण दो मम्मी, कानू खेचल करनी आ मैं अपने आप ही पा दिंदी आ। हद आ, मेरे पोते पोतियां दे कपड़े ने इहदे विच खेचल वाली दस केड़ी गल आ, मैं पा दिंदी आ सुकने। नहीं नहीं मम्मी मैं पा देने आ, वो एडा भी की इशू चक्या होया तुसी कपड़िया दा, मैं अपने आप सुकने पा दूंगी, तुसी जाओ। खड़े क्यों, की करन लगी है तू? मनप्रीत तेरे बीरे दी अलमारी है, तू हथ किवें लाउनी आ? ए मनप्रीत ए तू की करी जानी आ, तेरे बीरे दी अलमारी आ ए। जे यह बीरे की अलमारी आ तो इस जवाकों के कपड़े की करते हैं, वह भी मेरे। भाभी मैं थोड़ा कुछ पूछती पी हाँ, जवाब दो मैनू। वो तो तुम बहुत पढ़े लिखे हो, बस इन्नी की अकल आ ना मेरे जवाकों इन्ना शरीका क्यों करते हो? नहीं कुड़ी लभ लभ के कपड़े ना थक गई, तू आ गिले कपड़े अलमारी च लकोई बैठी सी, इन्हें पिछे जे बोलता सी ना तेनू। मम्मी भाभी तुसी मेरे नाल इदा क्यों करते पे हो, मैनू इन्ना तंग क्यों करते हो? वो मैं थोड़ा माड़ा की किता, मैनू ये तो दस दो मेरे तो गलती की हुई आ, दसो तो सही। फिर सुन, तू मेरे नाल बहुत गलत किता ते करदी आ, दसो भाभी अज तुसी सारा कुछ दस ही दो, मैनू भी पता लग जाए थोड़े दिल च है की आ। तू तीजे दिन अपने जवाकों नूं लैके इत्थे आ जानी आ, मैनू दुखी पता किन्ना किता पिया तू ते तेरे जवाकों ने। नहीं जवाक तां रब दा रूप हुंदे ने, भोले भाले जवाकों ने तैनू दस की कहता। मम्मी तुसी तां विच ना ही बोलो ना तां चंगी गल आ, आप तां दोने मावां धीआं कमरे दे विच बड़ के बैठिया रहिंदियां ने ते जवाक कदे इधर भज रिहा ते कदे उधर भज रिहा, मैनू भोला चंगे नहीं लगदे। भाभी एक गल कहां, गुस्सा ना करियो, मैं कहना तो चाहती नहीं सी, भतीजे भतीजियां तो मेरे भी हैगे ने, पर जब तुसी पेके जाने हो कि थोड़ी भरजाई ने भी थोड़े बच्चे चंगे नहीं लगते। मेरे ना भरजाई तो मेरे पेक्या तक पहुँचने की लोड़ नहीं हैगी, तो एक गल अपने दिमाग दे विच चंगी तरह बन ला, जे तो आना होंगे ना मिलन तो कल आया कर, आ छलारू जो नाल चक के लैके आया कर। भाभी ये छलारू नहीं है,
ਇਹ ਮੇਰੇ ਬੱਚੇ ਨੇ ਤੇ ਮੈਂ ਇਹਨਾਂ ਦੀ ਮਾਂ ਮੈਂ ਅੱਗੇ ਤੋਂ ਤੁਹਾਡੀ ਭਰਜਾਈ ਤੱਕ ਨਹੀਂ ਪਹੁੰਚੂੰਗੀ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਦ ਤੁਸੀਂ ਪੇਕੇ ਜਾਂਦੇ ਹੁੰਦੇ ਹੋ ਤੁਸੀਂ ਆਪਣੇ ਬੱਚੇ ਘਰੇ ਛੱਡ ਕੇ ਜਾਂਦੇ ਹੁੰਦੇ ਹੋ ਕਿ ਨਾਲ ਲੈ ਕੇ ਜਾਂਦੇ ਹੁੰਦੇ ਹੋ ਮੇਰੇ ਬੱਚੇ ਨੂੰ ਚੰਗੀ ਤਰ੍ਹਾਂ ਪਤਾ ਵੀ ਕਿਸੇ ਦੇ ਘਰੇ ਜਾ ਕੇ ਕਿਵੇਂ ਰਹੀਦਾ ਤੇ ਕਿਵੇਂ ਨਹੀਂ ਉਹ ਇੱਧਰ ਉੱਧਰ ਟੱਪਦੇ ਨਹੀਂ ਫਿਰਦੇ ਮੈਂ ਨਾਲ ਹੀ ਲੈ ਕੇ ਜਾਂਦੀ ਹਾਂ ਉਹਨਾਂ ਨੂੰ ਭਾਬੀ ਹਰੇਕ ਬੱਚੇ ਦਾ ਨਾ ਆਪੋ ਆਪਣਾ ਸੁਭਾਅ ਹੁੰਦਾ ਜੇ ਮੇਰੇ ਬੱਚੇ ਸ਼ਰਾਰਤੀ ਨੇ ਤਾਂ ਇਹਦੇ 'ਚ ਮੇਰਾ ਕੀ ਕਸੂਰ ਆ ਨਾਲੇ ਜੇ ਤੁਸੀਂ ਮਾਂ ਹੋ ਕੇ ਆਪਣੇ ਬੱਚੇ ਨਹੀਂ ਛੱਡ ਸਕਦੇ ਤਾਂ ਤੁਸੀਂ ਇਹ ਮੇਤੋਂ ਆਸ ਕਿਵੇਂ ਰੱਖਦੇ ਹੋ ਵੀ ਮੈਂ ਆਪਣੇ ਬੱਚੇ ਛੱਡ ਕੇ ਆ ਜਾਂ ਮੈਨੂੰ ਤਾਂ ਸ਼ਰਮ ਆਉਂਦੀ ਆ ਜਿਹੜੀਆਂ ਕਰਤੂਤਾਂ ਤੂੰ ਕਰਦੀ ਫਿਰਦੀ ਆ ਜਦ ਵੀ ਮਨਪ੍ਰੀਤ ਰਹਿਣ ਆਉਂਦੀ ਆ ਤੂੰ ਉਹਦੇ ਨਾਲ ਬੁਰਾ ਸਲੂਕ ਕਿਉਂ ਕਰਦੀ ਆ ਮੰਮੀ ਮੈਂ ਬਹੁਤ ਵਾਰ ਸੁਣਿਆ ਸੀ ਵੀ ਭਰਜਾਈਆਂ ਇਹੋ ਜਿਹੀਆਂ ਹੁੰਦੀਆਂ ਨੇ ਪਰ ਕਦੇ ਯਕੀਨ ਨਹੀਂ ਸੀ ਕੀਤਾ ਪਰ ਅੱਜ ਯਕੀਨ ਆ ਗਿਆ ਵੀ ਹਾਂ ਕਈ ਭਰਜਾਈਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਨਣਦਾਂ ਨੂੰ ਦੇਖ ਕੇ ਜਰਦੀਆਂ ਨੇ ਫਿਰ ਨਾ ਅਗਲਾ ਨਣਦਾਂ ਨੂੰ ਮਾੜਾ ਬਣਾ ਦਿੰਦਾ ਅਸਲ 'ਚ ਸਾਰੀਆਂ ਨਣਦਾਂ ਨਹੀਂ ਮਾੜੀਆਂ ਹੁੰਦੀਆਂ ਕਈ ਭਰਜਾਈਆਂ 'ਚ ਤੁਹਾਡੇ ਵਾਂਗੂ ਬਿੰਗ ਵਾਲੇ ਵੀ ਹੁੰਦੇ ਨੇ ਮਨਪ੍ਰੀਤ ਹਜੇ ਇਹਨੂੰ ਕੁਛ ਨਹੀਂ ਪਤਾ ਜਿੱਦਣ ਇਹਦੀ ਭਰਜਾਈ ਇਹਦੇ ਨਾਲ ਆਹੀ ਕੁਛ ਕਰੂ ਨਾ ਪਤਾ ਤਾਂ ਇਹਨੂੰ ਉਦਾਂ ਲੱਗਣਾ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਨੇ ਵੀ ਇਸ ਸੀਰੀਜ਼ ਨੂੰ ਪਿਆਰ ਦਿੱਤਾ ਸ਼ੇਅਰ ਕੀਤਾ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਹੁਣ ਆਪਾਂ ਗੱਲ ਕਰਦੇ ਹਾਂ ਕਨਸੈਪਟ ਵੱਲ ਹੁਣ ਜਿਸ ਕਨਸੈਪਟ ਦੇ ਉੱਤੇ 5 ਤੋਂ 6 ਪਾਰਟ ਬਣ ਚੁੱਕੇ ਹੋਣ ਉਸ ਕਨਸੈਪਟ ਬਾਰੇ ਦੁਬਾਰਾ ਬੋਲਾਂ ਸਮਝ ਨਹੀਂ ਆਉਂਦੀ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਪਰ ਬਹੁਤ ਘਰਾਂ ਦੇ ਵਿੱਚ ਇੱਦਾਂ ਦੀਆਂ ਮਾਮੀਆਂ ਹੈਗੀਆਂ ਵੀ ਨੇ ਜਿਹੜੀਆਂ ਨਣਦ ਨੂੰ ਤਾਂ ਨਹੀਂ ਜਰਦੀਆਂ ਬੱਚਿਆਂ ਨੂੰ ਦੇਖ ਕੇ ਵੀ ਨਹੀਂ ਜਰਦੀਆਂ ਪਤਾ ਨਹੀਂ ਕਿਉਂ ਮਾਮੀ ਦੋ ਮਾਵਾਂ ਤੋਂ ਇੱਕ ਸ਼ਬਦ ਬਣਦਾ ਮਾਮੀ ਅਤੇ ਫਿਰ ਪਿਆਰ ਵੀ ਓਨਾ ਹੀ ਹੋਣਾ ਚਾਹੀਦਾ ਇਹ ਸ਼ਬਦ ਬਹੁਤ ਮਾਇਨੇ ਰੱਖਦਾ ਜਦੋਂ ਇੱਕ ਬੱਚਾ ਆਪਣੇ ਨਾਨਕਿਆਂ ਬਾਰੇ ਸੋਚਦਾ ਨਾ ਤਾਂ ਉਹਦੇ ਜ਼ਿਹਨ ਦੇ ਵਿੱਚ ਨਾਨੀ ਨਾਨਾ ਜੀ ਮਾਮੀ ਮਾਮਾ ਜੀ ਇਹੀ ਆਉਂਦੇ ਨੇ ਜਾਂ ਫਿਰ ਉਹਨਾਂ ਦੇ ਬੱਚੇ ਆਉਂਦੇ ਨੇ ਜਿਨ੍ਹਾਂ ਦੇ ਨਾਲ ਉਹ ਆਪਣਾ ਬਚਪਨ ਬਿਤਾਉਂਦਾ ਖੇਡਦਾ ਪਰ ਜਦੋਂ ਮਾਮੀ ਮਾਮਾ ਇਹੀ ਨੱਕ ਬੁੱਲ ਮਾਰਨ ਲੱਗ ਜਾਣ ਨਾ ਬੱਚਿਆਂ ਨੂੰ ਦੇਖ ਕੇ ਤਾਂ ਫਿਰ ਨਾਨਕਿਆਂ ਦੀ ਜਿਹੜੀ ਕਮੀ ਹੁੰਦੀ ਆ ਉਹ ਰਹਿ ਜਾਂਦੀ ਆ ਬੇਨਤੀ ਆ ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਈਰਖਾ ਜਲਣ ਇਹ ਨਾ ਕਰਿਆ ਕਰੋ ਬਾਕੀ ਅਮਰ ਦੇਵਗਨ ਪੇਜ ਦੇ ਉੱਤੇ ਅਮਰ ਦੇਵਗਨ ਚੈਨਲ ਦੇ ਉੱਤੇ ਹੋਰ ਬਹੁਤ ਸਾਰੀਆਂ ਸੀਰੀਜ਼ ਆ ਰਹੀਆਂ ਨੇਗੀਆਂ ਉਹਨਾਂ ਨੂੰ ਵੀ ਇੱਦਾਂ ਹੀ ਪਿਆਰ ਦਿਓ ਵੱਡੀ ਨੂੰ ਉਹਦੇ ਵੀ ਸਾਰੇ ਐਪੀਸੋਡ ਦੇਖਿਓ ਅਤੇ ਇਹਦੇ ਤੋਂ ਬਾਅਦ ਅਗਲੀ ਸੀਰੀਜ਼ ਜੁਆਇੰਟ ਫੈਮਿਲੀ ਜਿਹੜਾ ਤੁਸੀਂ ਸਾਨੂੰ ਬਾਰ ਬਾਰ ਮੈਸੇਜ ਕਰ ਰਹੇ ਹੋ ਜੁਆਇੰਟ ਫੈਮਿਲੀ ਕਦੋਂ ਸ਼ੁਰੂ ਹੋਊ ਜੁਆਇੰਟ ਫੈਮਿਲੀ ਸ਼ੁਰੂ ਕਦੋਂ ਹੋਊ ਅਸੀਂ ਵਾਅਦਾ ਕਰ ਰਹੇ ਹਾਂ ਤੁਹਾਡੇ ਨਾਲ ਜੁਆਇੰਟ ਫੈਮਿਲੀ ਜਲਦੀ ਸ਼ੁਰੂ ਹੋ ਰਹੀ ਆ ਸੇਮ ਉਸੇ ਐਪੀਸੋਡ ਤੋਂ 28 ਤੋਂ ਪਿਆਰ ਜ਼ਰੂਰ ਦਿਓ ਤੁਹਾਡੇ ਪਿਆਰ ਦੀ ਲੋੜ ਹੈ ਥੈਂਕ ਯੂ ਸੋ ਮੱਚ